तो स्वागत है आपका PNN में, पंजाबी न्यूज नेटवर्क, द न्यूज फॉर द पंजाबी, लोकल हो या देसी या ओवरसीज। सन 1704 पोदा महीना, हां यही आजकल दे दिन च बस चार दिन दे फासले च पंजाब की धरती ते ऐसे हद दे जुल्म गुजरे जिन्हां दे सानी अज तक नहीं मिले। इतिहास दे उन्हां पन्नियां तों अज तक लहू रिसदा है। गुरु गोबिंद सिंह जी दे परिवार दी शहादत दा सुनेहा कि असी सुन रहे हां। सरहंद दी खूनी दीवारां च चिणे गए साहिबजादियां दे सिद्ध दी दास्तां कि असी सुन रहे हां। ਗੁਰੂ ਸਾਹਿਬ ਦੇ ਜੀਵਨ ਦੇ ਜੇ ਆਪਾਂ ਸਾਰੇ ਪੱਖਾਂ 'ਤੇ ਗੌਰ ਨਾਲ ਨਜ਼ਰ ਮਾਰੀਏ ਤਾਂ ਉਹਨਾਂ ਦੇ ਸਾਰੇ ਹੀ ਪੱਖ ਅਲੌਕਿਕ ਨੇ। ਲੇਕਿਨ ਇਹ ਜਿਹੜਾ ਜਦੋਂ ਅਸੀਂ ਉਹਨਾਂ ਨੂੰ ਅਲੱਗ ਅਲੱਗ ਨਾਵਾਂ ਨਾਲ ਅਲੱਗ ਅਲੱਗ ਲਕਬ ਦੇ ਨਾਲ ਉਤਸ਼ਾਹਿਤ ਹੋ ਕੇ ਗੁਰੂ ਸਾਹਿਬ ਦਾ ਨਾਂ ਲੈਂਦੇ ਹਾਂ, ਕਦੇ ਕਲਗੀਆਂ ਵਾਲਾ ਆਖਦੇ ਹਾਂ, ਕਦੇ ਬਾਜਾਂ ਵਾਲਾ ਆਖਦੇ ਹਾਂ, ਕਦੇ ਨੀਲੇ ਘੋੜੇ ਦਾ ਸ਼ਾਹ ਸਵਾਰ ਆਖਦੇ ਹਾਂ, ਕਦੇ ਦਸਮ ਪਾਤਸ਼ਾਹ ਆਖਦੇ ਹਾਂ, ਪਰ ਸਭ ਤੋਂ ਜ਼ਿਆਦਾ ਜਿਹੜਾ ਢੁਕਵਾਂ ਲਕਬ ਜਿਹੜਾ ਉਹਨਾਂ ਨਾਲ ਜੁੜਦਾ ਹੈ ਉਹ ਹੈ ਸਰਬੰਸਤਾਨੀ। ਤੁਹਾਨੂੰ ਮੈਂ ਦੱਸਣਾ ਚਾਹਾਂਗਾ ਕਿ ਦਸਮ ਪਾਤਸ਼ਾਹ ਹਜ਼ੂਰ ਦੇ ਚਾਰੇ ਸਾਹਿਬਜ਼ਾਦੇ ਔਰ ਮਾਤਾ ਜੀ ਚਾਰ ਦਿਨਾਂ ਦੇ ਅੰਦਰ ਅੰਦਰ ਸ਼ਹੀਦ ਹੋ ਗਏ। 22 ਦਸੰਬਰ ਨੂੰ ਵੱਡੇ ਸਾਹਿਬਜ਼ਾਦੇ 1704 ਵਿੱਚ ਚਮਕੌਰ ਦੀ ਜੰਗ ਵਿੱਚ ਦਸਮ ਪਾਤਸ਼ਾਹ ਹਜ਼ੂਰ ਦੀਆਂ ਨਜ਼ਰਾਂ ਦੇ ਸਾਹਮਣੇ ਸ਼ਹੀਦ ਹੁੰਦੇ ਨੇ ਔਰ ਉਹ ਦੋਵਾਂ ਵੱਡੇ ਪੁੱਤਰਾਂ ਨੂੰ ਆਪਣੇ ਹੱਥੀਂ ਤਿਆਰ ਕਰਕੇ ਜੰਗ ਵਿੱਚ ਭੇਜਦੇ ਨੇ। ਛੋਟੇ ਸਾਹਿਬਜ਼ਾਦੇ 26 ਦਸੰਬਰ ਨੂੰ ਚਾਰ ਦਿਨ ਬਾਅਦ ਸਰਹੰਦ ਵਿੱਚ ਨੀਹਾਂ ਵਿੱਚ ਚਿਣ ਕੇ ਸ਼ਹੀਦ ਹੋ ਗਏ। ਉਸੇ ਦਿਨ ਹੀ ਮਾਤਾ ਗੁਜਰੀ ਜੀ ਜੋਤੀ ਜੋਤ ਸਮਾਉਂਦੇ ਹਨ। ਇੰਨੀ ਇੰਸਪੀਰੇਸ਼ਨਲ ਜਿਹੜੀ ਗਾਥਾ ਹੈਗੀ ਹੈ ਜਿੱਥੋਂ ਤੁਸੀਂ ਸਿਦਕ ਦੇ ਸ਼ਹੀਦਾਂ ਦੀ ਮੈਨੂੰ ਸੰਸਾਰ 'ਚ ਹੋਰ ਕਿਤੇ ਨਹੀਂ ਲੱਭਦੀ। ਸਾਡੇ ਲਈ ਇਹ ਜਿਹੜਾ ਸਪਤਾਹ ਹੈਗਾ 1 ਪੋਹ ਤੋਂ ਲੈ ਕੇ 13 ਪੋਹ ਤੱਕ ਦਾ, ਗੁਰੂ ਸਾਹਿਬ ਦੇ ਪਰਿਵਾਰ ਵਿਛੋੜੇ ਤੋਂ ਲੈ ਕੇ ਸ਼ਹਾਦਤਾਂ ਤੱਕ ਦਾ, ਇਹ ਗੌਰਵਮਈ ਵੀ ਹੈ, ਉਦਾਸੀ ਦਾ ਆਲਮ ਵੀ ਹੈ ਅਤੇ ਬੇਹੱਦ ਸੰਜੀਦਾ ਸਮਾਂ ਹੈ ਸਿੱਖਾਂ ਵਾਸਤੇ। ਅਸੀਂ ਜੋ ਸਰਹੰਦ ਦੀ ਧਰਤੀ 'ਤੇ ਜੰਮ ਪਲ ਹਾਂ, ਅਸੀਂ ਉੱਥੋਂ ਦਾ ਇਤਿਹਾਸ, ਸਾਰੀ ਜ਼ਿੰਦਗੀ ਦੀ ਪ੍ਰੇਰਨਾ ਜਿਹੜੀ ਹੈ ਉਹ ਸਰਹੰਦ ਦੀ ਮਿੱਟੀ ਦੀਆਂ ਧੂੜਾਂ ਦੇ ਆਵੇਸ਼ ਤੋਂ ਲਈ ਹੈ। ਸਾਰੀ ਜ਼ਿੰਦਗੀ ਉਹਨਾਂ ਸਰਦਲਾਂ 'ਤੇ ਮੱਥੇ ਰਗੜੇ ਨੇ, ਉਸ ਗੁਰਦੁਆਰਾ ਸਾਹਿਬ ਦੀ ਸਰਦਲ 'ਤੇ ਮੱਥੇ ਰਗੜੇ ਨੇ ਜਿੱਥੇ ਸਾਹਿਬਜ਼ਾਦੇ ਬੇਹੱਦ ਜ਼ੁਲਮ ਦਾ ਸਾਹਮਣਾ ਕਰਦੇ ਹੋਏ ਸ਼ਹੀਦ ਹੋਏ। ਅਤੇ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਪ੍ਰੇਰਨਾ ਸਰੋਤ ਜਿਹੜਾ ਹੈਗਾ, ਮੇਰੀ ਸਮੁੱਚੀ ਸੈਂਸੀਬਿਲਟੀ ਦੀ ਇੰਸਪੀਰੇਸ਼ਨ ਦਾ ਧਰਾਤਲ ਜਿਹੜਾ ਹੈਗਾ ਉਹ ਸਰਹੰਦ ਹੈ। ਸਰਹੰਦ ਦੀ ਉਹ ਜਗ੍ਹਾ ਹੈ ਜਿੱਥੇ ਸਾਹਿਬਜ਼ਾਦਿਆਂ ਨੇ ਸਿਦਕ ਦੇ ਵਾਸਤੇ, ਸਿੱਖੀ ਸਿਦਕ ਦੇ ਵਾਸਤੇ ਸਭ ਤੋਂ ਕਠਿਨ ਪ੍ਰੀਖਿਆ ਦਿੱਤੀ। ਇਸ ਪ੍ਰਸੰਗ ਵਿੱਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਮਹੱਤਤਾ ਜ਼ਿਕਰੇ ਖਾਸ ਹੈ ਤੇ ਬਹੁਤ ਕੁਝ ਜ਼ਾਹਿਰ ਹੋਣਾ ਬਾਕੀ ਹੈ। ਬਹੁਤ ਸਾਰੀਆਂ ਐਸੀਆਂ ਚੀਜ਼ਾਂ, ਐਸੇ ਤੱਤ ਜਿਹੜੇ ਸੀ
ਉਸ ਸਮੇਂ ਦੀਆਂ ਤਹਿਆਂ ਵਿੱਚ ਗੁਆਚ ਗਏ, ਜਿਹੜੇ ਪ੍ਰਕਾਸ਼ਨਾਂ ਵਿੱਚ ਨਹੀਂ ਆਏ, ਅਪ੍ਰਕਾਸ਼ਿਤ ਖਰੜੇ ਦਰਬਾਰ ਸਾਹਿਬ ਦੀ ਜਿਹੜੀ ਸਿੱਖ ਰੈਫਰੈਂਸ ਲਾਇਬ੍ਰੇਰੀ ਹੈ ਉਹਦੇ 'ਚ ਪਏ ਰਹੇ, ਕਿਸੇ ਨਾ ਕਿਸੇ ਵਜ੍ਹਾ ਕਰਕੇ ਛਾਪੇ ਨਹੀਂ ਜਾ ਸਕੇ, ਜਾਂ ਇਹ ਕਹੀਏ ਸਾਡੀ ਕੌਮ ਦੀ ਅਣਗੌਲੀ ਕਾਰਨ ਇਤਿਹਾਸ ਦੇ ਉਹ ਪੱਤਰੇ, ਉਹ ਵਾਕਿਆਤ ਜਿਹੜੇ ਬਹੁਤ ਸਮਾਂ ਪਹਿਲਾਂ ਪੂਰੀ ਕੌਮ ਦੀ ਦ੍ਰਿਸ਼ਟੀ ਵਿੱਚ ਔਰ ਸਾਡੀਆਂ ਜਨਰੇਸ਼ਨਸ ਦੀ ਦ੍ਰਿਸ਼ਟੀ ਵਿੱਚ ਆਉਣੇ ਚਾਹੀਦੇ ਸੀ, ਉਹ ਨਹੀਂ ਆ ਸਕੇ। ਮਿਸਾਲ ਦੇ ਤੌਰ 'ਤੇ ਹੁਣ ਤੱਕ ਇੱਕੋ ਹੀ ਗੱਲ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਲੋਕਾਂ ਨੂੰ ਪਤਾ ਸੀ ਕਿ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜਿਨ੍ਹਾਂ ਦੀ ਉਮਰ 7 ਅਤੇ 9 ਸਾਲ ਦੀ ਸੀ, ਉਹਨਾਂ ਨੂੰ ਜ਼ਿੰਦੇ ਸਰਹੰਦ ਦੀਆਂ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਲੇਕਿਨ ਉਸ ਤੋਂ ਪਹਿਲਾਂ ਦੇ ਜਿਹੜੇ ਸੀਕੁਐਂਸ ਨੇ, ਉਹ ਕਿਹੜੇ ਕਿਹੜੇ ਤਸੀਹੇ ਉਹਨਾਂ ਨੇ ਜਰੇ, ਕੀ ਹੋਇਆ, ਇਹਦਾ ਬਾਰੀਕੀ ਨਾਲ ਵਿਵਰਣ ਜਿਹੜਾ ਹੈ ਉਹ ਲੋਕਾਂ ਦੇ, ਸੰਗਤਾਂ ਦੇ ਸਾਹਮਣੇ ਨਹੀਂ ਆਇਆ। ਮੈਂ ਸਮਝਦਾ ਕਿ ਉਹਨਾਂ ਦੀਆਂ ਸਫਰਿੰਗਸ ਜਿਹੜੀਆਂ ਸੀ ਛੋਟੇ ਸਾਹਿਬਜ਼ਾਦਿਆਂ ਦੀਆਂ, ਇਹ ਤਾਂ ਪਰਿਵਾਰ ਵਿਛੋੜੇ ਨਾਲ ਹੀ ਸ਼ੁਰੂ ਹੋ ਗਈ। ਜਦੋਂ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਛੱਡਿਆ ਔਰ ਉਹ ਇਸ ਗੱਲੋਂ ਬੇਖਬਰ ਸਨ ਕਿ ਉਹਨਾਂ 'ਤੇ ਇੱਕਦਮ ਤਾਵਾ ਹੋਣ ਵਾਲਾ ਹੈ, ਉਸ ਵੇਲੇ ਜੋ ਐਗਰੀਮੈਂਟ ਹੋਇਆ ਮੁਸਲਮਾਨਾਂ ਦੀਆਂ ਫੌਜਾਂ ਵਿੱਚ, ਮੁਗਲਾਂ ਦੀਆਂ ਫੌਜਾਂ ਵਿੱਚ ਅਤੇ 22 ਧਾਰ ਦੇ ਪਹਾੜੀ ਰਾਜਿਆਂ ਦੀਆਂ ਫੌਜਾਂ ਵਿੱਚ, ਉਹਨਾਂ ਨੇ ਗੁਰੂ ਸਾਹਿਬ ਨੂੰ ਇਹ ਕਮਿਟਮੈਂਟ ਦਿੱਤੀ ਸੀ ਕਿ ਤੁਹਾਨੂੰ ਸੇਫ ਪੈਸੇਜ ਦਿੱਤਾ ਜਾਏਗਾ, ਤੁਸੀਂ ਅਨੰਦਪੁਰ ਸਾਹਿਬ ਛੱਡ ਜਾਓ। ਔਰ ਕੁਰਾਨ ਅਤੇ ਆਟੇ ਦੀ ਗਊ ਇੱਕ ਥਾਲੀ ਵਿੱਚ ਰੱਖ ਕੇ ਇੱਕ ਕਸਮ ਵੀ ਦਿੱਤੀ ਗਈ ਸੀ ਅਤੇ ਗੁਰੂ ਸਾਹਿਬ ਨੇ ਵਿਸ਼ਵਾਸ ਕੀਤਾ। ਅਤੇ ਉਹਨਾਂ ਨੇ ਜਦੋਂ ਅਨੰਦਪੁਰ ਸਾਹਿਬ ਛੱਡਿਆ, ਥੋੜ੍ਹੀ ਦੇਰ ਬਾਅਦ ਹੀ ਥੋੜ੍ਹੀ ਦੂਰ ਗਏ ਸੀ ਜਦੋਂ ਉਹਨਾਂ 'ਤੇ ਚਾਰੇ ਪਾਸਿਓਂ ਵੈਰੀ ਟੁੱਟ ਕੇ ਪੈ ਗਏ। ਗੁਰੂ ਸਾਹਿਬ ਉਹਦਾ ਜ਼ਿਕਰ ਜ਼ਫਰਨਾਮੇ ਵਿੱਚ ਕਰਦੇ ਨੇ ਕਿ 10 ਲੱਖ ਬਰਾਇਤ ਬਰੋ ਬੇਖਬਰ, 10 ਲੱਖ ਦਾ ਮੁਲਕਈਆ ਚਾਰੇ ਪਾਸਿਓਂ ਬੇਖਬਰ ਸਾਡੇ 'ਤੇ ਟੁੱਟ ਕੇ ਪੈ ਗਏ। ਅਤੇ ਲੜਦੇ ਲੜਾਉਂਦੇ ਉਹ ਸਰਸਾ ਨਦੀ ਦੇ ਕਿਨਾਰਿਆਂ ਤੱਕ ਆ ਗਏ, ਚਾਰੇ ਪਾਸਿਓਂ ਘਿਰੇ ਹੋਏ ਸਨ ਅਤੇ ਉਹਨਾਂ ਕੋਲ ਕੋਈ ਹੋਰ ਰਸਤਾ ਨਹੀਂ ਸੀ। ਉਹਨਾਂ ਨੇ ਸਿੰਘਾਂ ਨੂੰ ਹੁਕਮ ਕੀਤਾ ਕਿ ਸਰਸਾ ਨਦੀ ਉਸ ਵੇਲੇ ਉਹਦੇ ਵਿੱਚ ਹੜ੍ਹ ਆਇਆ ਹੋਇਆ ਸੀ ਅਤੇ ਉਸ ਤੇਜ਼ ਵਰਦੀ ਸਰਸਾ ਦੇ ਵਿੱਚ ਸਿੰਘਾਂ ਨੂੰ ਗੁਰੂ ਸਾਹਿਬ ਨੇ ਉਹਨੂੰ ਪਾਰ ਕਰਨ ਦਾ ਹੁਕਮ ਦਿੱਤਾ। ਇੰਨਾ ਤੇਜ਼ ਪਾਣੀ ਸੀ ਕਿ ਬਹੁਤ ਸਾਰੇ ਸਿੰਘ ਤਾਂ ਸਰਸਾ ਵਿੱਚ ਹੀ ਰੁੜ ਗਏ। ਉਸ ਸਮੇਂ ਪਰਿਵਾਰ ਵਿਛੋੜਾ ਹੋ ਗਿਆ। ਮਾਤਾ ਜੀ ਬੜੀ ਮੁਸ਼ਕਲ ਨਾਲ ਜੂਝਦੇ ਹੋਏ ਛੋਟੇ 2 ਸਾਹਿਬਜ਼ਾਦਿਆਂ ਨਾਲ ਲਾ ਕੇ ਸਰਸਾ ਦੇ ਦੂਸਰੇ ਕਿਨਾਰੇ ਕਿਸੇ ਪਾਸੇ ਜਾ ਨਿਕਲੇ। ਉਦੋਂ ਨੂੰ ਗੁਰੂ ਸਾਹਿਬ ਦਾ ਕਾਫਲਾ ਦੂਰ ਜਾ ਚੁੱਕਾ ਸੀ, ਰਾਤ ਪੈ ਚੁੱਕੀ ਸੀ, ਕਿਸੇ ਪਾਸੇ ਕੁਝ ਨਜ਼ਰ ਨਹੀਂ ਸੀ ਆਉਂਦਾ। ਛੋਟੇ ਸਾਹਿਬਜ਼ਾਦਿਆਂ ਦੇ ਪੈਰਾਂ ਵਿੱਚ ਜੋੜੇ ਨਹੀਂ ਸਨ, ਕੱਪੜੇ ਭਿੱਜ ਚੁੱਕੇ ਸਨ। ਪੋਹ ਦਾ ਮਹੀਨਾ, ਕਹਿਰ ਦੀ ਰਾਤ, ਛੋਟੇ ਛੋਟੇ ਫੁੱਲਾਂ ਵਰਗੇ 2 ਮਾਸੂਮ, ਇਹੋ ਹੀ ਅਵਸਥਾ ਮਾਤਾ ਜੀ ਦੀ ਸੀ। ਤਰ੍ਹਾਂ ਤਰ੍ਹਾਂ ਦੀ ਜੋ ਬਨਸਪਤੀ ਸੀ ਉਹਦੇ ਵਿੱਚੋਂ ਬੱਚਿਆਂ ਨੂੰ ਤੋੜ ਕੇ ਲੈ ਕੇ ਗਏ। ਕੰਡੇ ਵੀ ਵੱਜ ਰਹੇ ਸਨ, ਚਰੀਟਾਂ ਵੀ ਵੱਜ ਰਹੀਆਂ ਸਨ, ਲਹੂ ਲੁਹਾਣ ਬੱਚਿਆਂ ਨੂੰ। ਮੈਂ ਕਈ ਵਾਰੀ ਸੋਚਦਾ ਕਿ ਜਦੋਂ ਸਾਹਿਬਜ਼ਾਦੇ ਸਰਸਾ ਵਿੱਚੋਂ ਨਿਕਲ ਕੇ ਮਾਤਾ ਦੀ ਉਂਗਲੀ ਫੜ ਕੇ ਤੁਰੇ ਜਾਂਦੇ ਹੋਣਗੇ, ਉਦੋਂ ਕਿੰਨੇ ਕੁ ਸਵਾਲ ਉਹਨਾਂ ਨੇ ਕੀਤੇ ਹੋਣਗੇ ਮਾਤਾ ਜੀ ਨੇ। ਪਿਸਤਾ ਦਸਮ ਗੁਰੂ ਉਹਨਾਂ ਬਾਰੇ ਪੁੱਛਦੇ ਹੋਣਗੇ ਕਿੱਥੇ ਗਏ। ਬਲਕਿ ਹਕੀਮ ਅੱਲਾ ਯਾਰ ਖਾਂ ਜੋਗੀ ਨੇ ਤਾਂ ਜੋ ਗੰਜੇ ਸ਼ਹੀਦਾਂ 2 ਮਰਸੀਆ ਉਸਨੇ ਲਿਖਿਆ, ਵੱਡੇ ਔਰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਉਹਦੇ ਵਿੱਚ ਸਾਹਿਬਜ਼ਾਦਿਆਂ ਦੇ ਮੂੰਹੋਂ ਗੱਲਾਂ ਕਰਵਾਈਆਂ ਹੋਈਆਂ ਨੇ ਜਿਹੜੀਆਂ ਜਦੋਂ ਤੁਸੀਂ ਪੜ੍ਹਦੇ ਹੋ
ਜਾਂ ਉਹਨੂੰ ਤਸੱਵਰ ਵਿੱਚ ਲਿਆਉਂਦੇ ਹੋ, ਤੁਹਾਡਾ ਕਲੇਜਾ ਬਾਹਰ ਆ ਜਾਂਦਾ। ਕਿੰਨੇ ਮੁਸ਼ਕਲ ਹਾਲਾਤ ਵਿੱਚ ਮਾਤਾ ਜੀ ਉਹਨਾਂ ਬੱਚਿਆਂ ਨੂੰ ਲੈ ਕੇ ਦੰਗੂ ਰਸੋਈਏ ਦੇ ਘਰ ਤੱਕ ਪਹੁੰਚਦੇ ਨੇ, ਉਹ ਇੱਕ ਵੱਖਰਾ ਬੜਾ ਭਿਆਨਕ ਮੰਜ਼ਰ ਹੈ ਜਿਸ ਨੂੰ ਬਿਆਨ ਕਰਨਾ ਬੜਾ ਔਖਾ। ਮੈਂ ਉਹ ਸਾਰੀ ਬਰੀਕੀ 'ਚ ਜਾਵਾਂ ਕਿ ਕਿਸ ਤਰ੍ਹਾਂ ਉਹਨਾਂ ਨੂੰ ਇੱਕ ਖੱਚਰ 'ਤੇ ਢੋ ਢੁਆਈ ਦਾ ਕੰਮ ਕਰਨ ਵਾਲੇ ਨੇ ਦੋ ਬੋਰੀਆਂ ਦੇ ਵਿੱਚ ਬੱਚਿਆਂ ਨੂੰ ਬੰਨ੍ਹ ਕੇ ਖੱਚਰ 'ਤੇ ਰੱਖ ਕੇ ਮਾਤਾ ਜੀ ਪੈਦਲ ਉਹਨਾਂ ਦੇ ਨਾਲ ਨਾਲ ਤੁਰੇ ਆਏ। ਇਸ ਤਰ੍ਹਾਂ ਉਹਨਾਂ ਨੇ ਸੁਰੱਖਿਅਤ ਹਾਲਾਤ ਵਿੱਚ ਉਹਨਾਂ ਨੂੰ ਉਹ ਗੰਗੂ ਦੇ ਪਿੰਡ ਸਹੇੜੀ ਪਹੁੰਚੇ ਅਤੇ ਅੱਗੋਂ ਗੰਗੂ ਨੇ ਇਸ ਕਿਸਮ ਦੀ ਬਦਸਲੂਕੀ ਕੀਤੀ ਕਿ ਉਹਨਾਂ ਨੂੰ ਪੁਰਾਣੀ ਬਾਸੀਆਂ ਸੁੱਕੀਆਂ ਹੋਈਆਂ ਰੋਟੀਆਂ ਰੱਖ ਦਿੱਤੀ। ਮਾਤਾ ਜੀ ਨੇ ਕਿਹਾ ਭਈ ਗੰਗੂ ਤੂੰ ਸਾਡਾ ਰਸੋਈਆ ਰਿਹਾ, ਤੂੰ ਵੇਖਿਆ ਨਹੀਂ ਬੱਚੇ ਕਿਸ ਕਿਸਮ ਦਾ ਭੋਜਨ ਕਰਦੇ ਸੀ, ਅਤੇ ਉਹ ਭੋਜਨ ਬੱਚੇ ਕਰ ਨਾ ਸਕੇ ਬਾਵਜੂਦ ਇਸ 'ਤੇ ਕਿ ਉਹ ਭੁੱਖੇ ਸਨ। ਹੋਰ ਵੀ ਇੱਕ ਦੋ ਗੱਲਾਂ 'ਤੇ ਗੰਗੂ ਨਾਲ ਤਕਰਾਰ ਹੋਇਆ। ਗੰਗੂ ਲਾਲਚ ਵਿੱਚ ਆ ਗਿਆ ਵੀ ਪਤਾ ਨਹੀਂ ਮਾਤਾ ਜੀ ਕੋਲ ਕੀ ਕੁਝ ਹੋਏਗਾ, ਉੱਥੋਂ ਅਨੰਦਪੁਰ ਸਾਹਿਬ ਤੋਂ ਚੱਲੇ ਨੇ ਮੋਹਰਾਂ, ਕਿਉਂਕਿ ਉਹਨਾਂ ਪਾਸ ਇੱਕ ਖੁਰਜੀ ਸੀ ਉਹਦੇ ਵਿੱਚ ਥੋੜ੍ਹਾ ਸਮਾਨ ਹੋਏਗਾ। ਉਹਨੇ ਮੁਰਿੰਡੇ ਦੇ ਕਤਵਾਲ ਨੂੰ ਸੂਹ ਦੇ ਦਿੱਤੀ ਕਿ ਮੇਰੇ ਪਾਸ ਗੁਰੂ ਗੋਬਿੰਦ ਸਿੰਘ ਦੇ ਮਾਤਾ ਜੀ, ਮਾਤਾ ਗੁਜਰੀ ਜੀ ਔਰ ਉਹਨਾਂ ਦੇ ਛੋਟੇ ਸਾਹਿਬਜ਼ਾਦੇ ਮੇਰੇ ਪਾਸ ਛੁਪੇ ਹੋਏ ਨੇ, ਅਤੇ ਜੇ ਤੁਸੀਂ ਉਹਨਾਂ ਨੂੰ ਹਿਰਾਸਤ ਵਿੱਚ ਲੈਣਾ ਚਾਹੁੰਦੇ ਹੋ ਤਾਂ ਲਓ। ਸੂਬਾ ਸਰਹੰਦ ਵਜੀਦ ਖਾਨ ਨੂੰ, ਕਿਉਂਕਿ ਇਹ ਬੜਾ ਪ੍ਰਾਈਸ ਕੈਚ ਸੀ ਉਹਨਾਂ ਵਾਸਤੇ, ਉਸ ਵੇਲੇ ਕੋਤਵਾਲ ਨੂੰ ਹਦਾਇਤ ਕੀਤੀ ਕਿ ਇਹਨਾਂ ਨੂੰ ਸਰਹੰਦ ਲਿਆਂਦਾ ਜਾਏ ਔਰ ਮੇਰੀ ਅਦਾਲਤ ਵਿੱਚ ਪੇਸ਼ ਕੀਤਾ ਜਾਏ। ਸਰਹੰਦ ਦਾ ਅਤੇ ਮੁਰਿੰਡੇ ਦਾ ਜਿਹੜਾ ਫਾਸਲਾ ਹੈ ਇਹ ਲਗਭਗ 14-15 ਕਿਲੋਮੀਟਰ ਬਣਦਾ ਹੈ। ਬੱਚਿਆਂ ਨੂੰ ਅਤੇ ਮਾਤਾ ਜੀ ਨੂੰ ਪੈਦਲ ਤੋਰਿਆ ਗਿਆ ਔਰ ਕੋਤਵਾਲ ਅਤੇ ਉਸ ਦੇ ਨਾਲ ਦੇ ਜਿਹੜੇ ਪੁਲਿਸ ਦੇ ਅਹਿਲਕਾਰ ਸੀ ਉਹ ਘੋੜਿਆਂ 'ਤੇ ਸਵਾਰ ਸਨ। ਅਤੇ ਬੱਚੇ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿੰਨੇ ਦਿਨਾਂ ਦੇ ਭੁੱਖਣ ਪਾਣੇ ਸੀ, ਪੈਰਾਂ ਵਿੱਚ ਜ਼ਖਮ ਸੀ। ਜਦੋਂ ਉਹ ਤੁਰਦੇ ਸੀ ਥੱਕਦੇ ਵੀ ਹੋਣਗੇ, ਰੁਕਦੇ ਵੀ ਸੀ, ਬੈਠਣਾ ਵੀ ਚਾਹੁੰਦੇ ਸੀ, ਅਤੇ ਉਹ ਕੋਤਵਾਲ ਜਿਹੜਾ ਸੀ ਉਹ ਦਬਕੇ ਵੀ ਮਾਰਦਾ ਸੀ, ਠੁੱਡੇ ਵੀ ਮਾਰਦਾ ਸੀ ਕਿ ਤੇਜ਼ ਤੁਰੋ ਤੁਸੀਂ ਸੂਬੇ ਦੀ ਕਚਹਿਰੀ ਵਿੱਚ ਪੇਸ਼ ਹੋਣਾ। ਜਦੋਂ ਸਰਹੰਦ ਪਹੁੰਚੇ ਸਾਰੇ ਦਿਨ ਦਾ ਪੈਦਲ ਸਫ਼ਰ ਕਰਕੇ ਅਤੇ ਵਜੀਦ ਖਾਨ ਨੂੰ ਇਤਲਾਹ ਦਿੱਤੀ ਤਾਂ ਉਸਨੇ ਕਿਹਾ ਕਿ ਇਹਨਾਂ ਨੂੰ ਇੱਥੇ ਵੀ ਕੁਝ ਖਾਣ ਪੀਣ ਨੂੰ ਨਹੀਂ ਦੇਣਾ ਔਰ ਇਹਨਾਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿਓ। ਠੰਡੇ ਬੁਰਜ ਦੇ ਵੀ ਸਭ ਤੋਂ ਉੱਚੇ ਚੁਬਾਰੇ ਵਿੱਚ, ਤਾਰੇ ਕੋਈ ਬਿਸਤਰ ਨਹੀਂ ਦੇਣਾ, ਕੁਛ ਖਾਣ ਨੂੰ ਨਹੀਂ ਦੇਣਾ, ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰੀ ਜੀ ਨੂੰ ਉਸ ਬੁਰਜ ਵਿੱਚ ਜਿਹੜਾ ਬਾਦਸ਼ਾਹ ਦੇ ਆਰਾਮ ਲਈ ਗਰਮੀਆਂ ਵਿੱਚ ਆਰਾਮ ਲਈ ਬਣਵਾਇਆ ਸੀ, ਪੋਹ ਦੇ ਮਹੀਨੇ 'ਚ ਕੱਕਰ ਦੀ ਠੰਡ ਵਿੱਚ ਉਹਨਾਂ ਨੂੰ ਉੱਥੇ ਰੱਖਿਆ ਗਿਆ। ਸਾਰੀ ਰਾਤ ਸਾਹਿਬਜ਼ਾਦਿਆਂ ਨੇ ਕੀ ਸਵਾਲ ਕੀਤੇ ਹੋਣਗੇ ਮਾਤਾ ਗੁਜਰੀ ਜੀ, ਮਾਤਾ ਗੁਜਰੀ ਨੇ ਕਿਵੇਂ ਉਹਨਾਂ ਨੂੰ ਧੀਰਜ ਦਿੱਤੀ ਹੋਏਗੀ। ਉਹਨਾਂ ਨੂੰ ਇਹ ਦੱਸ ਵੀ ਦਿੱਤਾ ਗਿਆ ਸੀ ਕਿ ਸਵੇਰੇ ਇਹਨਾਂ ਦੀ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਪੇਸ਼ੀ ਹੈ, ਪੇਸ਼ੀ ਦੀ ਤਿਆਰੀ ਵੀ ਮਾਤਾ ਜੀ ਕਰਵਾ ਰਹੇ ਹੋਣਗੇ। ਸਵੇਰ ਸਾਰ ਸੂਬੇ ਦੇ ਅਹਿਲਕਾਰ ਆਏ, ਉਹਨਾਂ ਨੇ ਬੱਚਿਆਂ ਨੂੰ ਬਰੀਫ ਕੀਤਾ ਕਿ ਤੁਸੀਂ ਜਦੋਂ ਸੂਬਾ ਦੀ ਕਚਹਿਰੀ ਵਿੱਚ ਜਾਣਾ ਅਤੇ ਉਸਨੂੰ ਚੁੱਕ ਕੇ ਸਲਾਮ ਕਰਨੀ ਹੈ ਔਰ ਸਲਾਮ ਅਲੇਕਮ ਆਖਣਾ ਹੈ। ਤਾਂ ਮਾਤਾ ਜੀ ਦੀ ਜਿਹੜੀ ਸਿਕਸ਼ਾ ਸੀ, ਪ੍ਰੇਰਨਾ ਸੀ, ਉਹ ਇਸ 'ਤੇ ਉਤਸ਼ਾਹਤ ਸੀ ਕਿ ਜਾ ਕੇ ਫਤਿਹ ਬੁਲਾਉਣੀ ਹੈ ਅਤੇ ਤੁਸੀਂ ਦਸ਼ਮੇਸ਼ ਦੀ ਲਾਜ ਰੱਖਣੀ ਸਾਹਿਬਜ਼ਾਦਿਆਂ 'ਤੇ। ਉਸ ਪ੍ਰੇਰਨਾ ਦਾ ਐਡਾ ਵੱਡਾ ਅਸਰ ਸੀ ਕਿ ਉਹ ਸਨਮੁੱਖ ਹੁੰਦੇ ਸੂਬੇ ਦੇ ਉਹਨਾਂ ਨੇ ਜਾ ਕੇ ਜਾਣ ਸਾਰ ਪਹਿਲਾਂ ਫਤਿਹ ਗਜਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਗੱਲ 'ਤੇ ਸੂਬਾ ਕ੍ਰੋਧਵਾਨ ਹੋ ਗਿਆ। ਉਸਨੇ ਕਿਹਾ ਇਹ ਗੋਬਿੰਦ ਸਿੰਘ ਕੇ ਗੁਸਤਾਖ ਬੱਚੇ ਹੈ, ਇਹ ਗੁਸਤਾਖੀ ਕੀ ਹੈ, ਪਹਿਲਾਂ ਇਹਨਾਂ ਨੂੰ ਥੋੜ੍ਹਾ ਸਬਕ ਸਿਖਾਓ, ਖਮਚੀ ਖਮਚੀ ਸੇ ਸਬਕ ਸਿਖਾਓ। ਖਮਚੀ ਕਹਿੰਦੇ ਨੇ ਛਾਂਟਾ ਜਿਹੜਾ ਹੁੰਦਾ ਹੈ, ਚਮੜੇ ਦੀਆਂ ਛਾਂਟੇ ਜਿਹਦੇ ਜਿਹੜੇ ਘੋੜਿਆਂ ਦੇ ਬਾਰੇ ਜਾਂਦੇ, ਉਹ ਖਮਚੀ ਨਾਲ ਬੱਚਿਆਂ ਦੀ ਕੁਟਾਈ ਕੀਤੀ ਗਈ ਪਹਿਲਾਂ।
ਫਿਰ ਉਹਨਾਂ ਦੇ ਨਾਲ ਵਾਰਤਾਲਾਪ ਸ਼ੁਰੂ ਹੁੰਦਾ ਕਿ ਦੇਖੋ ਤੁਸੀਂ ਇਸਲਾਮ ਕਬੂਲ ਕਰ ਲਓ, ਮੁਸਲਮਾਨ ਹੋ ਜਾਓ, ਆਪਣੇ ਪਿਤਾ ਗੁਰੂ ਗੋਬਿੰਦ ਸਿੰਘ ਦਾ ਰਸਤਾ ਛੱਡ ਦਿਓ। ਲੇਕਿਨ ਬੱਚੇ ਕਿਸੇ ਗੱਲ 'ਤੇ ਟੱਸ ਤੋਂ ਮਸ ਨਹੀਂ ਹੋਏ, ਕਹਿੰਦੇ ਬਿਲਕੁਲ ਨਹੀਂ। ਇਹ ਜ਼ਿਕਰ ਮੈਂ ਪਹਿਲੀ ਵਾਰੀ ਮੈਂ ਇੱਥੇ ਦੱਸ ਦਿਆਂ ਕਿ ਬਾਬਾ ਦੁੰਨਾ ਸਿੰਘ ਹਡੂਰੀਆ ਉਹਨਾਂ ਦੀ ਅਪ੍ਰਕਾਸ਼ਿਤ ਕਿਰਤ ਕਥਾ ਗੁਰੂ ਜੀ ਕੇ ਸੂਤਨ ਕੀ, ਉਸ ਦੇ ਵਿੱਚ ਇਸ ਦਾ ਵੇਰਵਾ ਪੜਿਆ। ਬਾਬਾ ਦੁੰਨਾ ਸਿੰਘ ਜੀ ਹਡੂਰੀਆ ਦਸਮ ਪਾਤਸ਼ਾਹ ਹਜ਼ੂਰ ਦੇ ਸਮਕਾਲੀ ਸਨ। ਇਹ ਗੁਰੂ ਸਾਹਿਬ ਦੇ ਵਾਕਿਆ ਨਵੀਸ ਸਨ। ਜੋ ਵੀ ਘਟਨਾਵਾਂ ਵਾਪਰਦੀਆਂ ਸਨ ਉਹਨਾਂ ਨੂੰ ਕਲਮ ਬੰਦ ਕਰਦੇ ਸਨ। ਜਦੋਂ ਦਸਮ ਪਾਤਸ਼ਾਹ ਹਜ਼ੂਰ ਨੇ ਅਨੰਦਪੁਰ ਸਾਹਿਬ ਛੱਡਿਆ ਤਾਂ ਬਾਬਾ ਦੁੰਨਾ ਸਿੰਘ ਹਡੂਰੀਏ ਨੇ ਮਹਾਰਾਜ ਪਾਸੋਂ ਪੁੱਛਿਆ ਕਿ ਸੱਚੇ ਪਾਤਸ਼ਾਹ ਮੇਰੇ ਲਈ ਕੀ ਹੁਕਮ ਹੈ। ਗੁਰੂ ਸਾਹਿਬ ਨੇ ਕਿਹਾ ਕਿ ਤੁਸੀਂ ਤਲਵਾਰ ਨਾਲ ਨਹੀਂ, ਤੁਸੀਂ ਕਲਮ ਨਾਲ ਸੇਵਾ ਕਰਨੀ ਹੈ। ਤਲਵਾਰ ਦੂਸਰੇ ਸਿੰਘ ਚਲਾਉਣਗੇ, ਤੁਸੀਂ ਕਲਮ ਦੇ, ਹੁਣ ਬਹੁਤ ਕੁਝ ਵਾਪਰਨਾ ਹੈ, ਇਤਿਹਾਸ ਸ਼ੁਰੂ ਹੋ ਰਿਹਾ। ਇਸ ਲਈ ਬਾਬਾ ਦੁੰਨਾ ਸਿੰਘ ਜੀ ਹਡੂਰੀਆ ਗੁਰੂ ਸਾਹਿਬ ਦੇ ਕਾਫਲੇ ਦੇ ਨਾਲ ਨਾਲ ਚੱਲਦੇ ਗਏ, ਘਟਨਾਵਾਂ ਜਿਹੜੀਆਂ ਸੀ ਉਹਨਾਂ ਨੂੰ ਅੰਕਿਤ ਕਰਦੇ ਗਏ। ਜਿਸ ਦਿਨ ਸਰਹੰਦ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ ਤਾਂ ਬਾਬਾ ਦੁੰਨਾ ਸਿੰਘ ਹੰਡੂਰੀਆ ਉਸ ਦਿਨ ਸਰਹੰਦ ਵਿੱਚ ਮੌਜੂਦ ਸਨ। ਅਤੇ ਇਹ ਸਾਰੇ ਵਾਕਿਆਤ ਜਿਹੜੇ ਨੇ ਉਹਨਾਂ ਨੇ ਉਸੇ ਦਿਨ ਉੱਥੇ ਹਾਜ਼ਰ ਜੋ ਲੋਕ ਸਨ ਉਹਨਾਂ ਦੀ ਜ਼ਬਾਨੀ ਜੋ ਕੁਛ ਸਾਹਿਬਜ਼ਾਦਿਆਂ ਨਾਲ ਵਾਪਰਿਆ ਉਹ ਸਾਰਾ ਕੁਝ ਉਹਨਾਂ ਨੇ ਸੁਣਿਆ ਔਰ ਕਲਮਬੰਦ ਕੀਤਾ। ਉਸ ਦੇ ਵਿੱਚ ਹੀ ਉਹ ਲਿਖਦੇ ਨੇ ਕਿ ਬੱਚਿਆਂ ਨੂੰ ਖਮਚੀਆਂ ਨਾਲ ਸਾਹਿਬਜ਼ਾਦਿਆਂ ਨੂੰ ਮਾਰਿਆ ਗਿਆ। ਜਦੋਂ ਉਸ ਤੋਂ ਬਾਅਦ ਵੀ ਉਹ ਟੱਸ ਤੋਂ ਮਸ ਨਹੀਂ ਹੋਏ, ਫਿਰ ਦੋਵਾਂ ਸਾਹਿਬਜ਼ਾਦਿਆਂ ਦੇ ਹੱਥ ਜਿਹੜੇ ਸੀ ਉਹ ਪਿੱਛੇ ਕਰਕੇ ਨੂੜ ਦਿੱਤੇ ਗਏ ਅਤੇ ਕਚਹਿਰੀ ਵਿੱਚ ਹੀ ਇੱਕ ਪਿੱਪਲ ਦਾ ਦਰਖਤ ਸੀ, ਉਸ ਪਿੱਪਲ ਦੇ ਦਰਖਤ ਨਾਲ ਉਹਨਾਂ ਨੂੰ ਨੂੜ ਦਿੱਤਾ ਗਿਆ ਅਤੇ ਹੁਕਮ ਕੀਤਾ ਕਿ ਇਹਨਾਂ ਦੇ ਗੁਲੇਲੇ ਮਾਰੇ ਜਾਣ, ਗੁਲੇਲ ਚਰੋੜੇ ਪਾ ਕੇ ਇਹਨਾਂ ਬੱਚਿਆਂ ਦੇ ਮਾਰੇ ਜਾਣ। ਉਹ ਕਾਫੀ ਦੇਰ ਗੁਲੇਲਾਂ ਦੇ ਨਾਲ ਜਿਹੜੇ ਅਹਿਲਕਾਰ ਸੀ ਜਿਨ੍ਹਾਂ ਦੀ ਡਿਊਟੀ ਸੀ ਉਹਨਾਂ ਨੂੰ ਤਸੀਹੇ ਦੇਣ ਦੀ, ਉਹ ਗੁਲੇਲੇ ਮਾਰਦੇ ਰਹੇ। ਉਹਦੇ 'ਚ ਲਿਖਦੇ ਨੇ ਉਹ ਕਿ ਪੀਪਲ ਬੰਨ ਗੁਲੇਲੇ ਮਾਰੇ ਗੁਰੂ ਸਾਹਿਬ ਦੇ ਬੱਚਿਆਂ ਦੇ, ਔਰ ਤੀਰ ਵੀ ਉਹਨਾਂ 'ਤੇ ਸਾਧੇ ਗਏ, ਤੀਰ ਵੀ ਮਾਰੇ ਗਏ। ਇੱਕ ਗੁਲੇਲ ਦਾ ਰੋੜਾ ਦਾ ਜ਼ਿਕਰ ਆਉਂਦਾ ਕਿ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਹੋਰਾਂ ਦੀ ਸੱਜੀ ਅੱਖ ਵਿੱਚ ਜਾ ਪਿਆ, ਜਿਸ ਦੇ ਨਾਲ ਉਹਨਾਂ ਦੀ ਅੱਖ ਜ਼ਖਮੀ ਹੋਈ, ਉਹਦੇ 'ਚ ਖੂਨ ਵਹਿਣਾ ਸ਼ੁਰੂ ਹੋ ਗਿਆ। ਹੁਣ ਇਹ ਇਤਨਾ ਦਰਦਨਾਕ ਮੰਜ਼ਰ ਹੈ ਕਿ ਸਾਡੀ ਅੱਖ 'ਤੇ ਕੋਈ ਮੱਖੀ ਬੈਠ ਜੇ, ਕੋਈ ਵੀ ਚੀਜ਼ ਬੈਠ ਜੇ, ਅਸੀਂ ਇੱਕਦਮ ਆਪਣਾ ਹੱਥ ਲੈ ਕੇ ਉਸਨੂੰ ਮਲਦੇ ਹਾਂ, ਪ੍ਰੋਟੈਕਟ ਕਰਦੇ ਹਾਂ। ਲੇਕਿਨ ਗੁਰੂ ਸਾਹਿਬ ਦੇ ਮਾਸੂਮ ਸਾਹਿਬਜ਼ਾਦਿਆਂ ਨੂੰ ਇਹ ਵੀ ਨਸੀਬ ਨਹੀਂ ਹੋਇਆ। ਔਰ ਜਦੋਂ ਛੋਟੇ ਸਾਹਿਬਜ਼ਾਦੇ ਦੀ ਅੱਖ 'ਚੋਂ ਲਹੂ ਚੋ ਰਿਹਾ ਸੀ ਤਦ ਉਸ ਵੇਲੇ ਮੌਜੂਦ ਨਵਾਬ ਮਲੇਰਕੋਟਲਾ ਉਹਨਾਂ ਨੇ ਹਾ ਦਾ ਨਾਰਾ ਮਾਰਿਆ। ਨਵਾਬ ਸ਼ੇਰ ਮੁਹੰਮਦ ਖਾਨ ਨੇ ਸੂਬੇ ਨੂੰ ਕਿਹਾ ਵੀ ਤੇਰੇ 'ਤੇ ਅੱਲਾ ਦਾ ਕਹਿਰ ਨਾਜ਼ਲ ਹੋਏਗਾ, ਤੂੰ ਗੁਰੂ ਦੇ ਮਾਸੂਮ ਬੱਚਿਆਂ 'ਤੇ ਐਡੇ ਜ਼ੁਲਮ ਢਾ ਰਿਹਾ, ਮੈਂ ਨਹੀਂ ਇਹ ਦੇਖ ਸਕਦਾ, ਤੂੰ ਕੁਝ 'ਤੇ ਸ਼ਰਮ ਕਰ। ਉਹਨਾਂ ਦੇ ਲਾਣਤ ਪਾਉਣ 'ਤੇ, ਹਾ ਦਾ ਨਾਰਾ ਮਾਰਨ 'ਤੇ ਉਹਨੇ ਫਿਰ ਕਿਹਾ ਵੀ ਚਲੋ ਇਹਨਾਂ ਨੂੰ ਖੋਲ੍ਹ ਦਿਓ। ਫਿਰ ਬੱਚਿਆਂ ਦੇ ਹੱਥ ਖੋਲ੍ਹੇ, ਹੱਥ ਖੋਲ੍ਹਣ ਤੋਂ ਬਾਅਦ ਕੁਦਰਤੀ ਸੀ ਕਿ ਜਿਹੜੀ ਅੱਖ ਜ਼ਖਮੀ ਸੀ ਉਹ ਛੋਟੇ ਸਾਹਿਬਜ਼ਾਦੇ ਨੇ ਅੱਖ ਨੂੰ ਮਲਣਾ ਸ਼ੁਰੂ ਕੀਤਾ ਅਤੇ ਉਸੇ ਵੇਲੇ ਕਹਿਲਕਾਰ ਨੇ ਬੜੀ ਜ਼ੋਰ ਨਾਲ ਬੱਚੇ ਨੂੰ ਬਾਂਹ ਤੋਂ ਫੜ ਕੇ ਘੜੀਸ ਕੇ ਮੁੜ ਕੇ ਫਿਰ ਵਜੀਦ ਖਾਨ ਦੇ ਸਾਹਮਣੇ ਖੜ੍ਹੇ ਕਰ ਦਿੱਤੇ ਅਤੇ ਵਜੀਦ ਖਾਨ ਨੇ ਉਹਨਾਂ ਨੂੰ ਕਿਹਾ ਵੀ ਹੁਣ ਤਾਂ ਮੁਸਲਮਾਨ ਬਣੋਗੇ ਨਾ। ਅਤੇ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਉਹ ਆਪਣੀ ਅੱਖ ਮਲ ਰਹੇ ਸੀਗੇ ਜਿਹਦੇ 'ਚ ਖੂਨ ਚੋ ਰਿਹਾ ਸੀ। ਜਿਹੜੇ ਵੱਡੇ ਸੀਗੇ ਬਾਬਾ ਜ਼ੋਰਾਵਰ ਸਿੰਘ ਉਹਨਾਂ ਨੇ ਆਪਣਾ ਇੱਕ ਹੱਥ ਆਪਣੇ ਨਿੱਕੇ ਭਰਾ ਦੇ ਮੋਢੇ 'ਤੇ ਰੱਖਿਆ ਸੀ ਤਰਵਾਸ ਵਜੋਂ, ਦੋਵਾਂ ਨੇ ਸਿਰ ਮਾਰ ਦਿੱਤੇ, ਇਸਲਾਮ ਕਬੂਲ ਨਹੀਂ ਕਰਾ। ਉਸ ਤੋਂ ਕ੍ਰੋਧਵਾਨ ਹੋ ਕੇ ਸੂਬੇ ਨੇ ਕਿਹਾ ਕਿ ਇਹ ਜਿਹੜੇ ਸ਼ੀਰਖੋਰ ਬੱਚੇ ਨੇ ਇਹ ਗੁਸਤਾਖ ਹਨ, ਇਹ ਬਾਜ਼ ਨਹੀਂ ਆਉਣਗੇ, ਇਹ ਸਾਡੀ ਸ਼ਰ੍ਹਾ ਦਾ ਮਜ਼ਾਕ ਉਡਾ ਰਹੇ ਨੇ, ਇਹਨਾਂ ਨੂੰ ਜ਼ਿੰਦੇ ਨੀਹਾਂ ਵਿੱਚ ਚਿਣ ਦਿੱਤਾ। ਉਸ ਵੇਲੇ ਉਹਦਾ ਜਿਹੜਾ ਹੁਕਮ ਸੀ
ਉਸ ਨੂੰ ਮਨਜ਼ੂਰ ਕਰਦੇ ਹੋਏ ਇੱਟਾਂ ਮੰਗਵਾਈਆਂ ਸਰਹੰਦ ਦੀਆਂ ਔਰ ਗਾਰਾ ਆਇਆ ਅਤੇ ਉਹਨਾਂ ਨੂੰ ਉਸ ਥੜੇ ਦੇ ਨਾਲ ਹੀ ਜਿਸ 'ਤੇ ਬੈਠਾ ਨਵਾਬ ਜਿਹੜਾ ਸੀ ਵਜੀਦ ਖਾਨ ਹੁਕਮ ਦੇ ਰਿਹਾ ਸੀ ਇੱਕ ਤੋਂ ਬਾਅਦ ਦੂਸਰਾ ਉਸ ਥੜੇ ਦੇ ਨਾਲ ਹੀ ਖੜ੍ਹੇ ਕਰਕੇ ਉਹਨਾਂ ਨੂੰ ਨੀਹਾਂ 'ਚ ਚਿਣ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਇਹਦੇ 'ਚ ਇੱਕ ਹੋਰ ਬੜਾ ਦਰਦਨਾਕ ਮੰਜ਼ਰ ਹੈ ਕਿ ਨਿੱਕੀ ਇੱਟ ਦੀ ਦੀਵਾਰ ਸੀ ਉਹ ਜਦੋਂ ਚਿੰਨਦੇ ਆ ਰਹੇ ਸੀ ਤਾਂ ਜਦੋਂ ਗੋਡਿਆਂ ਤੱਕ ਦੀਵਾਰ ਆਈ ਤਾਂ ਉਹਦੀ ਸਿਮਿਟਰੀ ਟੁੱਟ ਰਹੀ ਸੀ ਅਤੇ ਜਿਹੜਾ ਮਿਸਤਰੀ ਇਹ ਕੰਮ ਕਰ ਰਿਹਾ ਸੀ ਉਹਨੇ ਤੇਸੀ ਦੇ ਨਾਲ ਇੱਟ ਜਿਹੜੀ ਸੀ ਛੋਟੀ ਇੱਟ ਉਹਨੂੰ ਤੋੜਿਆ ਅਤੇ ਸੂਬੇ ਨੇ ਆਖਿਆ ਇੱਟ ਕਿਉਂ ਤੋੜੀ ਹੈ ਅਤੇ ਉਸਨੇ ਕਿਹਾ ਵੀ ਸਾਹਿਬਜ਼ਾਦੇ ਦਾ ਗੋਡਾ ਜਿਹੜਾ ਹੈਗਾ ਆ ਗਿਆ ਇਹਦੀ ਦੀਵਾਰ ਦੀ ਸਿਮਿਟਰੀ ਖਰਾਬ ਹੋ ਰਹੀ ਹੈ। ਉਹਨੇ ਕਿਹਾ ਗੋਡਾ ਛਾਂਗ ਦੇ ਇੱਟ ਕਿਉਂ ਛਾਂਗਦਾ ਔਰ ਛੋਟੇ ਸਾਹਿਬਜ਼ਾਦੇ ਦੇ ਦੋਨੇ ਗੋਡੇ ਪਹਿਲਾਂ ਛਾਂਗੇ ਉਹਦੇ 'ਚ ਇੱਟ ਫਿੱਟ ਕੀਤੀ। ਇਸੇ ਤਰ੍ਹਾਂ ਵੱਡੇ ਸਾਹਿਬਜ਼ਾਦੇ ਨਾਲ ਹੋਇਆ ਔਰ ਤਿੰਨ ਵਾਰ ਦੀਵਾਰ ਛਾਤੀ 'ਤੇ ਆ ਕੇ ਡਿੱਗੀ। ਸਾਰੇ ਲੋਕ ਪੈ ਪੀਤ ਉੱਥੇ ਇਹ ਨਹੀਂ ਕਿ ਉੱਥੇ ਕੋਈ ਮੌਜੂਦ ਨਹੀਂ ਸੀ ਸਾਰੇ ਅਹਿਲਕਾਰ ਮੌਕੇ 'ਤੇ ਮੌਜੂਦ ਸੀ ਤਰਾ ਤਰਾ ਕਰ ਰਹੇ ਸੀ ਸਾਰੇ ਲੋਕ ਲੇਕਿਨ ਸੂਬੇ ਦੇ ਅੱਗੇ ਕੋਈ ਬੋਲ ਨਹੀਂ ਸੀ ਸਕਦਾ। ਨਵਾਬ ਮਲੇਰਕੋਟਲਾ ਤਾਂ ਹਾਦਾ ਨਾਰਾ ਮਾਰ ਕੇ ਉੱਠ ਕੇ ਚਲੇ ਗਏ ਇਹ ਕਹਿ ਕੇ ਗਏ ਕਿ ਤੇਰਾ ਕੁੱਲ ਨਾਸ ਹੋਏਗਾ। ਜਦ ਤੀਸਰੀ ਵਾਰ ਦੀਵਾਰ ਡਿੱਗੀ ਅਤੇ ਕਿਸੇ ਨੇ ਕੰਨ 'ਚ ਕਿਹਾ ਕਿ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਰਾਮਾਤ ਆ ਇਹ ਦੀਵਾਰ ਸਿਰੇ ਨਹੀਂ ਚੜ੍ਹੇਗੀ ਬਿਹਤਰਿਆ ਕਿ ਇਹਨਾਂ ਦੇ ਸਿਰ ਕਲਮ ਕਰ ਦਿੱਤੇ ਜਾਣ। ਜਲਾਦ ਨੂੰ ਕਿਹਾ ਗਿਆ ਕਿ ਇਹਨਾਂ ਦੇ ਸਿਰ ਕਟਾਰ ਨਾਲ ਜੁਦਾ ਕਰ ਦਿਓ ਅਤੇ ਉਸ ਜਲਾਦ ਨੇ ਕਿਹਾ ਕਿ ਮੇਰੀਆਂ ਮੈਂ ਅੱਖਾਂ 'ਤੇ ਪਹਿਲਾਂ ਪੱਟੀ ਬੰਨੋ ਫਿਰ ਮੈਂ ਇਹ ਕੰਮ ਕਰਾਂਗਾ। ਵਜੀਦ ਖਾਨ ਨੇ ਉਸ ਜਲਾਦ ਨੂੰ ਲਲਕਾਰ ਦੇ ਕਿਹਾ ਕਿ ਤੂੰ ਗੁਰੂ ਗੋਬਿੰਦ ਸਿੰਘ ਤੋਂ ਡਰ ਗਿਆ ਪੱਟੀ ਕਾਹਦੇ ਲਈ ਬੰਨਣੀ ਆ। ਉਸਨੇ ਵੀ ਕਿਹਾ ਕਿ ਇੰਨੇ ਪਿਆਰੇ ਐਡੇ ਮਾਸੂਮ ਬੱਚੇ ਇਹਨਾਂ ਦਾ ਸਿਰ ਮੈਂ ਦੇਖ ਕੇ ਨਹੀਂ ਕੱਟ ਸਕਦਾ ਮੇਥੋਂ ਨਹੀਂ ਇਹ ਹੋਣਾ ਅਤੇ ਉਹਨੇ ਕਹਿਰਵਾਨ ਹੋ ਕੇ ਕਿਹਾ ਕਿ ਇਹਨੂੰ ਵੀ ਤਹਿਖਾਨੇ 'ਚ ਬੰਦ ਕਰ ਦਿਓ ਅਤੇ ਬਾਅਦ 'ਚ ਪਤਾ ਲੱਗਾ ਕਿ ਉਸਨੂੰ ਵੀ ਕਤਲ ਕਰ ਦਿੱਤਾ ਗਿਆ ਜਲਾਦ ਨੂੰ। ਫਿਰ ਹੋਰ ਦੋ ਜਲਾਦ ਬੁਲਾਏ ਗਏ ਜਿਹੜੇ ਸਬਾਣੇ ਦੇ ਰਹਿਣ ਵਾਲੇ ਸਨ ਉਹਨਾਂ ਨੂੰ ਕਿਸੇ ਮਾਮਲੇ 'ਚ ਸਜ਼ਾਏ ਮੌਤ ਦੀ ਸਜ਼ਾ ਸੁਣਾਈ ਹੋਈ ਸੀ ਉਹਨਾਂ ਨੂੰ ਬੁਲਾ ਕੇ ਕਿਹਾ ਕਿ ਤੁਹਾਡੀ ਸਜ਼ਾ ਮਾਫ਼ ਕਰ ਦਿੱਤੀ ਜਾਏਗੀ ਤੁਸੀਂ ਬੱਚਿਆਂ ਦੇ ਸਿਰ ਕੱਟੋ। ਉਹਨਾਂ ਨੇ ਫਿਰ ਦੋਵਾਂ ਬੱਚਿਆਂ ਦੇ ਸਿਰ ਜਿਹੜੇ ਸੀ ਉਹ ਤਲਵਾਰ ਨਾਲ ਧੜ ਤੋਂ ਜੁਦਾ ਕਰ ਦਿੱਤੇ। ਇੱਥੇ ਬਹੁਤ ਹੀ ਦਰਦਨਾਕ ਜਿਹੜਾ ਮੰਜ਼ਰ ਹੈ ਜਿਸ ਦਾ ਬਿਆਨ ਭਾਈ ਕੇਸਰ ਸਿੰਘ ਛਿੱਬਰ ਦਸਾਂ ਪਾਤਸ਼ਾਹੀਆਂ ਦੇ ਜੀਵਨ ਬਾਰੇ ਉਹ ਲਿਖਦੇ ਨੇ ਕਿ ਜਦੋਂ ਕਟਾਰ ਨਾਲ ਕਿਰਪਾਨ ਨਾਲ ਵੱਡੇ ਸਾਹਿਬਜ਼ਾਦੇ ਦਾ ਸੀਸ ਕੱਟਿਆ ਗਿਆ ਉਹਨਾਂ ਨੇ ਤੁਰੰਤ ਆਪਣੇ ਸਵਾਸ ਜਿਹੜੇ ਸੀ ਉਹ ਤਿਆਗ ਦਿੱਤੇ। ਛੋਟੇ ਸਾਹਿਬਜ਼ਾਦੇ ਸੀਸ ਕੱਟਣ ਤੋਂ ਬਾਅਦ ਲਿਖਦੇ ਨੇ ਆਧੀ ਘੜੀ ਚਰਨ ਮਾਰਦੇ ਰਹੇ ਔਰ ਤੜਪਦੇ ਰਹੇ ਜਿਸ ਦਾ ਭਾਵ ਹੈ ਕਿ ਲਗਭਗ 13 ਸਾਢੇ 13 ਮਿੰਟ ਉਹ ਤੜਫਦੇ ਰਹੇ ਔਰ ਤੜਪ ਤੜਪ ਕੇ ਉਹਨਾਂ ਨੇ ਸਵਾਸ ਤਿਆਗੇ। ਆਮ ਲੋਕਾਂ ਵਿੱਚ ਇੱਕੋ ਹੀ ਗੱਲ ਪ੍ਰਚਲਿਤ ਸੀ ਕਿ ਉਹਨਾਂ ਨੂੰ ਜ਼ਿੰਦੇ ਨੀਹਾਂ 'ਚ ਚਿਣ ਕੇ ਸ਼ਹੀਦ ਕੀਤਾ ਗਿਆ। ਮੈਂ ਇੱਥੇ ਵੀ ਦੱਸਣਾ ਚਾਹੁੰਦਾ ਕਿ ਤਿੰਨ ਵਾਰ ਜਦੋਂ ਦੀਵਾਰ ਚਿਣੀ ਗਈ ਗਿਰੀ ਉਸ ਤੋਂ ਪਹਿਲਾਂ ਦੇ 2-3 ਦਿਨ ਦੇ ਹਾਲਾਤ ਉਹਨਾਂ ਦਾ ਭੁੱਖੇ ਹੋਣਾ ਉਹਨਾਂ ਦਾ ਕੱਪੜਿਆਂ ਦਾ ਗਿੱਲੇ ਹੋਣਾ ਪੋਹ ਦੀ ਰਾਤ ਸਰਦੀ ਭਾਵੇਂ ਉਹ ਸੁਰਤੀ ਦੇ ਤੌਰ 'ਤੇ ਪੂਰੀ ਤਰ੍ਹਾਂ ਕੌਸ਼ੀਅਸ ਸਨ ਸੁਚੇਤ ਸਨ ਲੇਕਿਨ ਸਰੀਰਕ ਤੌਰ 'ਤੇ 7-9 ਸਾਲ ਦੇ ਬੱਚੇ ਇੰਨਾ ਕੁਛ ਚਰਨ ਤੋਂ ਬਾਅਦ ਅਤੇ ਜਦੋਂ ਤੀਸਰੀ ਵਾਰ ਦੀਵਾਰ ਡਿੱਗੀ ਤਾਂ ਉਹ ਨੀਮ ਬੇਹੋਸ਼ੀ ਦੀ ਹਾਲਤ ਸਨ ਦੋਵੇਂ ਧਰਤੀ 'ਤੇ ਡਿੱਗੇ ਉਹਨਾਂ ਦੇ ਜ਼ਮੀਨ 'ਤੇ ਪਿਆਂ ਦੇ ਸਿਰ ਕੱਟੇ ਨੇ।
ਗੁਰੂ ਜੀ ਨੇ ਅੱਤ ਦੀ ਪੀੜ 'ਚ ਵੀ ਦੁਨਿਆਵੀ ਸੁੱਖਾਂ ਨੂੰ ਭੁਲਾ ਕੇ ਉਸ ਵਾਹਿਗੁਰੂ ਦਾ ਸਾਥ ਹੀ ਮੰਗਿਆ। ਇੱਕ ਸਰਦ ਰਾਤ ਨੂੰ ਜੀ ਜਾਨ ਅਤੇ ਜਿਸਮ ਤੋਂ ਜ਼ਖਮੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਛੀਵਾੜੇ ਦੇ ਜੰਗਲਾਂ 'ਚ ਜੰਡ ਦੇ ਇੱਕ ਇਕੱਲੇ ਜਿਹੇ ਰੁੱਖ ਹੇਠ ਇੱਕ ਟਿੰਡ ਨੂੰ ਸਰਾਣਾ ਬਣਾ ਕੇ ਜਦ ਇਹ ਸ਼ਬਦ ਉਚਾਰਿਆ ਸੀ ਤਾਂ ਇਤਿਹਾਸ ਨੂੰ ਇੱਕ ਉੱਚੀ ਹੇਕ ਦਿੱਤੀ ਸੀ, ਬ੍ਰਹਮਤਾ ਦੀ, ਸਮਰਪਣ ਦੀ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਮਿੱਤਰ ਪਿਆਰੇ ਨੂੰ। ਜਦ ਉਹਨਾਂ ਨੂੰ ਆਪਣੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਨੂਰਾ ਮਾਹੀ ਤੋਂ ਪਤਾ ਲੱਗਾ ਤਾਂ ਉਹਨਾਂ ਦੀਆਂ ਅੱਖਾਂ ਵੀ ਭਿੱਜ ਗਈਆਂ। ਕੀ ਸਾਨੂੰ ਯਾਦ ਹੈ ਇਹ ਸਾਰੀ ਵੇਦਨਾ ਜਿਹੜੀ ਹੈ, ਇਸ ਦੀ ਪੀੜਾ, ਇਹਨੂੰ ਬਿਆਨ ਕਰਨਾ ਬਹੁਤ ਕਠਿਨ ਹੈ, ਇਹਨੂੰ ਰੀਲਿਵ ਕਰਨਾ ਤਾਂ ਉਸ ਤੋਂ ਵੀ ਵੱਧ ਕਠਿਨ ਹੈ। ਅੱਜ 312 ਸਾਲ ਬਾਅਦ ਵੀ ਇਸ ਰੌਂਗਟੇ ਖੜੇ ਕਰਨ ਵਾਲੀ ਸ਼ਹਾਦਤ ਦੇ ਸਾਹਮਣੇ ਸਵਾਲ ਸਿਰ ਚੁਕਾਈ ਖੜੇ ਹਨ, ਜਵਾਬ ਮੰਗਦੇ ਹਨ, ਪਰ ਅਸੀਂ ਸ਼ਾਇਦ ਬਹੁਤ ਜ਼ਿਆਦਾ ਜਲਦੀ 'ਚ ਹਾਂ। ਖਬਰੇ ਕਿੱਥੇ ਪਹੁੰਚਣਾ ਹੈ? ਇਹਨਾਂ ਦਿਨਾਂ 'ਚ ਅਸੀਂ ਅਨੰਦਪੁਰ ਸਾਹਿਬ ਤੋਂ ਚਮਕੌਰ ਸਾਹਿਬ, ਮੁਰਿੰਡੇ ਤੋਂ ਮਾਛੀਵਾੜਾ, ਸਰਸਾ ਨਦੀ ਤੋਂ ਸਰਹੰਦ ਦੇ ਵਿੱਚ ਭਿੱਜੀਆਂ ਯਾਦਾਂ ਨੂੰ ਤਾਂ ਸੀਸ ਚੁਕਾਉਂਦੇ ਹਾਂ, ਪਰ ਲੱਗਦਾ ਹੈ ਸਾਡੀ ਰੂਹ ਰੇਤ ਵਾਂਗ ਇਹਨਾਂ ਪਲਾਂ 'ਚੋਂ ਬਸ ਐਵੇਂ ਹੀ ਲੰਘ ਜਾਂਦੀ ਹੈ। ਅਸੀਂ ਕੀ ਭੁਲਾ ਰਹੇ ਹਾਂ? ਸਾਨੂੰ ਕੀ ਹੋ ਗਿਆ? ਸਾਡਾ ਫਤਿਹਗੜ੍ਹ ਸਾਹਿਬ ਜਾਣ ਦਾ ਅਦਬ ਜਿਹੜਾ ਹੈ ਉਹ ਮੁਕੰਮਲ ਤੌਰ 'ਤੇ ਉੱਖੜ ਚੁੱਕਿਆ ਹੈ। ਅਸੀਂ ਸੈਲੀਬ੍ਰੇਟ ਕਰਨ ਜਾਂਦੇ ਹਾਂ। ਮੈਂ ਉਹ ਸਮੇਂ ਵੀ ਦੇਖੇ ਨੇ ਜਦੋਂ ਸਿੱਖ ਫਤਿਹਗੜ੍ਹ ਸਾਹਿਬ ਸਰਹੰਦ ਦੀਆਂ ਇੱਟਾਂ ਤੋਂ ਬਦਲਾ ਲੈਣ ਜਾਂਦੇ ਸਨ। ਮੈਂ ਫਤਿਹਗੜ੍ਹ ਸਾਹਿਬ ਦੇ ਮਾਤਾ ਗੁਜਰੀ ਸਕੂਲ ਤੋਂ ਮੁੱਢਲੀ ਵਿੱਦਿਆ ਪ੍ਰਾਪਤ ਕੀਤੀ। ਅਸੀਂ ਪਹਿਲੀ ਦੂਜੀ ਕਲਾਸ ਵਿੱਚ ਹੁੰਦੇ ਸਾਂ। ਜਦੋਂ ਅੱਧੀ ਛੁੱਟੀ ਹੋਣੀ ਅਸੀਂ ਘਰੋਂ ਚੂਰੀ ਲੈ ਕੇ ਜਾਂਦੇ ਸਾਂ। ਸਾਨੂੰ ਪੜ੍ਹਾਉਣ ਵਾਲੇ ਭੈਣ ਜੀ ਜੋ ਸਨ ਉਹਨਾਂ ਨੇ ਚੂਰੀ ਨਾ ਖਾਣ ਦੇਣੀ। ਉਹਨਾਂ ਕਹਿਣਾ ਪਹਿਲਾਂ ਜਾਓ ਗੁਰਦੁਆਰਾ ਸਾਹਿਬ, ਇੱਟਾਂ ਤੋਂ ਬਦਲਾ ਲਓ ਸਰਹੰਦੀਆਂ ਤੋਂ, ਕਿਉਂਕਿ ਮਾਤਾ ਗੁਜਰੀ ਜੀ ਜਿਨ੍ਹਾਂ ਨੂੰ ਇਹ ਸੂਚਨਾ ਦਿੱਤੀ ਗਈ ਜਿਹੜੇ ਉਡੀਕ 'ਚ ਸਨ ਪੋਤਿਆਂ ਦੇ ਵਾਪਸ ਪਰਤਣ ਦੀ, ਕਿ ਉਹ ਤਾਂ ਜ਼ਿੰਦੇ ਨੀਹਾਂ 'ਚ ਚਿਣ ਦਿੱਤੇ ਇੱਟਾਂ 'ਚ। ਅਤੇ ਮਾਤਾ ਗੁਜਰੀ ਜੀ ਨੇ ਉਸ ਵੇਲੇ ਸਰਾਪ ਦਿੱਤਾ ਸੀ ਕਿ ਗੁਰੂ ਦਾ ਖਾਲਸਾ ਇੱਕ ਦਿਨ ਇਹਨਾਂ ਇੱਟਾਂ ਤੋਂ ਆ ਕੇ ਬਦਲਾ ਲਏ। ਅਤੇ ਸਾਡੇ ਚੇਤਿਆਂ ਵਿੱਚ ਉਹ ਬੋਲ ਜਿਹੜੇ ਸੀ ਉਹ ਹਰ ਵੇਲੇ ਗੂੰਜਦੇ ਸੀ। ਜਦੋਂ ਵੀ ਸਿੱਖ ਫਤਿਹਗੜ੍ਹ ਸਾਹਿਬ ਜਾਂਦੇ ਸੀ ਉਹ ਇੱਟਾਂ ਜ਼ਰੂਰ ਤੋੜਦੇ ਸੀ। ਅੱਜ ਸਭ ਕੁਛ ਬਦਲ ਗਿਆ। ਅੱਜ ਭਾਵੇਂ ਲੋਕ ਗਿਣਤੀ 'ਚ ਵੱਧ ਆਉਣ ਲੱਗ ਗਏ ਨੇ, ਲੇਕਿਨ ਵਰਤਾਰੇ ਔਰ ਸਲੀਕਿਆਂ 'ਚ ਉਹ ਸ਼ਿੱਦਤ ਨਹੀਂ ਰਹੀ ਦਰਦ ਦੀ ਜਿਸ ਭੇਨ ਨਾਲ ਲੋਕ ਮਹਿਸੂਸ ਕਰਦੇ ਸਨ। ਇਸ ਇਲਾਕੇ ਵਿੱਚ ਲੋਕ ਇਹਨਾਂ ਤਿੰਨਾਂ ਦਿਨਾਂ ਵਿੱਚ ਜ਼ਮੀਨ 'ਤੇ ਸੌਂਦੇ ਸਨ, ਪਕਵਾਨ ਨਹੀਂ ਸਨ ਬਣਾਉਂਦੇ ਘਰ, ਸਾਦਗੀ ਦੇ ਲਿਬਾਸ ਪਾ ਕੇ ਜਾਂਦੇ ਸਨ। ਪੂਰੀ ਮਰਿਆਦਾ ਦੇ ਨਾਲ ਸਾਹਿਬਜ਼ਾਦਿਆਂ ਦੀ ਸ਼ਹੀਦੀ ਜਿਹੜੀ ਸੀ ਉਸ ਨੂੰ ਸ਼ਰਧਾ ਅਰਪਣ ਕਰਦੇ ਸਨ। ਹੁਣ ਫਤਿਹਗੜ੍ਹ ਸਾਹਿਬ ਪੋਲੀਟੀਕਲ ਕਾਨਫਰੰਸਾਂ ਹੋਣ ਲੱਗ ਗਈਆਂ। ਉੱਧਰ ਸਾਹਿਬਜ਼ਾਦੇ ਨੀਹਾਂ 'ਚ ਖੜ੍ਹੇ ਹੁੰਦੇ ਨੇ, ਉੱਧਰ ਸਿਆਸੀ ਲੋਕ ਇੱਕ ਦੂਜੇ ਨੂੰ ਗਾਲੀ ਗਲੋਚ ਕਰ ਰਹੇ ਨੇ, ਵੋਟਾਂ ਮੰਗ ਰਹੇ ਨੇ, ਆਪਣੀਆਂ ਸਰਕਾਰਾਂ ਦੇ ਏਜੰਡੇ, ਆਪਣੀਆਂ ਪਾਰਟੀਆਂ ਦੇ ਏਜੰਡੇ ਦੱਸ ਰਹੇ ਨੇ।
ਟੂਰਨਾਮੈਂਟ ਹੋ ਰਹੇ ਨੇ, ਕਬੱਡੀ ਦੇ ਮੈਚ ਹੋ ਰਹੇ ਨੇ, ਸਾਹਿਬਜ਼ਾਦੇ ਦੀ ਵਾਰ 'ਚ ਚਿਣੇ ਜਾ ਰਹੇ ਨੇ, ਸਾਡੇ ਖਿਡਾਰੀ ਕਬੱਡੀ 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 ਕਰ ਰਹੇ ਨੇ, ਲੋਕ ਚਾਰੇ ਪਾਸੇ ਖਲੋ ਕੇ ਤਾੜੀਆਂ ਮਾਰ ਰਹੇ ਨੇ, ਸ਼ੋਰ ਸ਼ਰਾਬਾ ਹੋ ਰਿਹਾ ਲੰਗਰਾਂ ਵਿੱਚ। ਫਤਿਹਗੜ੍ਹ ਸਾਹਿਬ ਦੇ ਸਿੰਘ ਸਭਾ 'ਚ ਲੱਗੇ ਲੰਗਰਾਂ 'ਚ ਅਨਾਊਂਸਮੈਂਟਾਂ ਹੋ ਰਹੀਆਂ ਕਿ ਇੱਥੇ ਲੱਡੂ ਜਲੇਬੀਆਂ ਦਾ ਲੰਗਰ ਵਰਤਾਇਆ ਜਾ ਰਿਹਾ, ਖਾਲਸਾ ਜੀ ਲੱਡੂ ਜਲੇਬੀਆਂ ਛਕੋ, ਬਦਾਮਾਂ ਵਾਲੀ ਖੀਰ ਛੱਕ ਕੇ ਜਾਓ, ਚੰਡੋਲਾਂ ਝੂਟੋ, ਸਰਕਸਾਂ ਲੱਗ ਰਹੀਆਂ ਨੇ, ਗੀਤ ਸੰਗੀਤ ਹੋ ਰਹੇ ਨੇ, ਐਗਜ਼ੀਬਿਸ਼ਨਸ ਲੱਗ ਰਹੀਆਂ ਨੇ, ਬਾਜ਼ਾਰ ਲੱਗ ਰਹੇ ਨੇ, ਖਰੀਦੋ ਫਰੋਖਤ ਹੋ ਰਹੀ ਹੈ। ਕੀ ਹੋ ਗਿਆ? ਜੇ ਅਸੀਂ ਥੋੜ੍ਹਾ ਦੂਜੀਆਂ ਕੌਮਾਂ ਵੱਲ ਸੋਚੀਏ, ਇਸਲਾਮ ਵਿੱਚ ਹਜ਼ਰਤ ਮੁਹੰਮਦ ਸਾਹਿਬ ਦੇ ਨਿਵਾਸੇ 1340 ਸਾਲ ਪਹਿਲਾਂ ਕਰਬਲਾ ਦੇ ਸਥਾਨ 'ਤੇ ਪਿਆਸੇ ਰੱਖ ਕੇ ਕਤਲ ਕਰ ਦਿੱਤੇ ਗਏ। ਮੁਹੱਰਮ ਜੋ ਇਸਲਾਮ ਦੇ ਕੈਲੰਡਰ ਦਾ ਪਹਿਲਾ ਮਹੀਨਾ, ਉਸ ਮੁਹੱਰਮ ਦੇ ਮਹੀਨੇ ਵਿੱਚ ਮੁਸਲਮਾਨ ਤਾਜ਼ੀਏ ਕੱਢਦੇ ਹਨ, ਛਾਤੀਆਂ ਪਿੱਟਦੇ ਹਨ। ਮੁਸਲਮਾਨ ਔਰਤਾਂ ਕਾਲਾ ਲਿਬਾਸ, ਸ਼ਾਹ ਲਿਬਾਸ ਪਹਿਨਦੀਆਂ ਹਨ, ਚੂੜੀਆਂ ਤੋੜ ਦਿੰਦੀਆਂ ਨੇ, ਔਰ ਚੂੜੀਆਂ ਇਸ ਢੰਗ ਨਾਲ ਤੋੜਦੀਆਂ ਨੇ ਕਿ ਉਹਨਾਂ ਦੀਆਂ ਬਾਹਾਂ ਵਿੱਚੋਂ ਲਹੂ ਸਿੰਮੇ, ਅਤੇ ਲਹੂ ਨਾਲ ਉਹ ਖਰਾਜ਼ੇ ਅਕੀਦਤ ਉਹਨਾਂ ਸ਼ਹੀਦਾਂ ਨੂੰ ਭੇਟ ਕਰਦੇ ਨੇ। ਇਹਨਾਂ ਦਿਨਾਂ ਵਿੱਚ ਕੋਈ ਪਕਵਾਨ ਨਹੀਂ ਬਣਦੇ, ਸਾਦੇ ਲਿਬਾਸ, ਸਾਦੇ ਭੋਜਨ ਜਿਹੜੇ ਨੇ ਖਾਧੇ ਜਾਂਦੇ ਨੇ। ਸਾਨੂੰ ਕੀ ਹੋ ਗਿਆ? ਅਸੀਂ ਤਾਂ ਵਿਆਹ ਵੀ ਕਰਨ ਲੱਗ ਪਏ ਹਾਂ, ਭੰਗੜੇ ਪੈਂਦੇ ਨੇ, ਸ਼ਰਾਬਾਂ ਉੱਡਦੀਆਂ ਨੇ, ਮਾਸ ਖਾਧਾ ਜਾਂਦਾ ਹੈ। ਵੀ ਹੈਵ ਕੰਪਲੀਟਲੀ ਫਾਰਗੋਟਨ, ਅਸੀਂ ਉਹਨਾਂ ਦੀ ਸ਼ਹੀਦੀ ਨੂੰ ਪਿੱਠ ਕਰ ਲਈ ਹੈ। ਜੀਸਸ ਕ੍ਰਾਈਸਟ ਅੱਜ 2016 ਸਾਲ ਹੋ ਗਏ, ਜੀਸਸ ਕ੍ਰਾਈਸਟ ਦੀ ਸਲੀਬ 'ਤੇ ਟੰਗੇ ਦੀ ਪੇਨ ਜਿਹੜੀ ਹੈ ਅੱਜ ਵੀ ਦੁਨੀਆ ਭਰ ਦੇ ਈਸਾਈ ਜਿਹੜੇ ਨੇ ਉਹ ਮਹਿਸੂਸ ਕਰਦੇ ਨੇ। ਯਹੂਦੀ ਜਿਹੜੇ ਨੇ ਵੇਲਿੰਗ ਵਾਲ ਦੇ ਸਾਹਮਣੇ ਖਲੋ ਕੇ ਯਰੂਸ਼ਲਮ ਵਿੱਚ ਤਾਹਾ ਮਾਰ ਮਾਰ ਰੋਂਦੇ ਨੇ। ਸਾਨੂੰ ਕੀ ਹੋ ਗਿਆ? ਦਸਮ ਪਾਤਸ਼ਾਹ ਹਜ਼ੂਰ ਦੇ ਚਾਰੇ ਸਾਹਿਬਜ਼ਾਦੇ ਇਸ ਸਪਤਾਹ ਵਿੱਚ ਸ਼ਹੀਦ ਹੋਏ ਨੇ। ਮੈਂ ਇਸ ਮੌਕੇ ਸਾਰੀ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਕਿ 365 ਦਿਨ ਨੇ ਸਾਲ ਵਿੱਚ, ਤੁਸੀਂ 364 ਦਿਨ ਜੋ ਮਰਜ਼ੀ ਕਰੋ ਖੁਸ਼ੀਆਂ ਖੇੜੀਆਂ ਵਿੱਚ ਗੁਜ਼ਾਰੋ, ਲੇਕਿਨ ਇਹ ਸਵਾ ਘੰਟਾ ਜਦੋਂ ਸਾਹਿਬਜ਼ਾਦੇ ਜਿਨ੍ਹਾਂ 'ਤੇ ਕਹਿਰ ਵਰਤ ਰਿਹਾ, ਤਸੀਹੇ ਦਿੱਤੇ ਜਾ ਰਹੇ ਨੇ, ਪੋਟੇ ਸਾੜੇ ਜਾ ਰਹੇ ਨੇ ਉਹਨਾਂ ਦੇ ਅਗਨੀ ਦੇ ਵਿੱਚ, ਔਰ ਖਮਚੀਆਂ ਮਾਰੀਆਂ ਜਾ ਰਹੀਆਂ, ਅੱਖਾਂ 'ਚ ਗੁਲੇਲੇ ਮਾਰੇ ਜਾ ਰਹੇ ਨੇ, ਨੀਹਾਂ ਵਿੱਚ ਚਿਣੇ ਜਾ ਰਹੇ ਨੇ, ਇਹ ਸਵਾ ਘੰਟਾ ਸਾਰਾ ਕੁਝ ਛੱਡ ਕੇ ਹਰ ਸਿੱਖ ਜਿਸ ਦੇ ਮਨ ਵਿੱਚ ਵੇਦਨਾ ਹੈ, ਜਿਸ ਦੇ ਮਨ ਵਿੱਚ ਦਰਦ ਹੈ, ਜਿਸ ਦੇ ਮਨ ਵਿੱਚ ਤੜਪ ਹੈ, ਆਪਣੇ ਬੱਚਿਆਂ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਜਾਓ, ਆਪਣੇ ਘਰ ਬੈਠੋ, ਘੱਟੋ ਘੱਟ ਇਹ ਡੇਢ ਘੰਟਾ ਸਵਾ ਘੰਟਾ ਬੰਦਗੀ ਵਿੱਚ ਗੁਜ਼ਾਰੋ, ਉਹਨਾਂ ਦੀ ਸ਼ਹਾਦਤਾਂ ਦੀ ਸਮ੍ਰਿਤੀ ਵਿੱਚ ਗੁਜ਼ਾਰੋ, ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੋ, ਕੋਈ ਵੀ ਬਾਣੀ ਜਿਹੜੀ ਹੈ ਉਸ ਦਾ ਪਾਠ ਕਰੋ, ਔਰ ਇਸ ਸਮੇਂ ਵਿੱਚ ਕੋਈ ਵੀ ਗੁਰੂ ਦਾ ਸਿੱਖ ਜਿਹੜਾ ਹੈ ਉਹ ਸ਼ਰਾਬ ਦਾ ਸੇਵਨ ਨਾ ਕਰੇ, ਮਾਸ ਦਾ ਸੇਵਨ ਨਾ ਕਰੇ, ਮਿੱਠੇ ਲਜ਼ੀਜ਼ ਪਕਵਾਨਾਂ ਦਾ ਸੇਵਨ ਨਾ ਕਰੇ। ਜੇ ਸਾਡੇ ਘਰ 7 ਅਤੇ 9 ਸਾਲ ਦੇ ਬੱਚਿਆਂ ਦੀ ਇਸ ਤਰੀਕੇ ਨਾਲ ਮੌਤ ਹੋਈ ਹੋਵੇ, ਕੀ ਅਸੀਂ ਇੰਝ ਕਰਾਂਗੇ? ਇੰਝ ਚਾਹ ਨਹੀਂ ਲੰਘਦੀ, ਪਾਣੀ ਦਾ ਗਲਾਸ ਨਹੀਂ ਲੰਘਦਾ ਜਦੋਂ ਲਾਸ਼ ਕਰ ਪਈ। ਗੁਰੂ ਦੇ ਬੱਚੇ ਬੱਚੇ ਹੀ ਨਹੀਂ ਸਨ? ਮੇਰੀ ਸਾਰੀ ਸਿੱਖ ਸੰਗਤ ਨੂੰ ਅਪੀਲ ਹੈ, ਆਪਣੀ ਛਾਤੀ 'ਤੇ ਸਰਹੰਦ ਦੀਆਂ ਇੱਟਾਂ ਦਾ ਭਾਰ ਮਹਿਸੂਸ ਕਰੋ, ਅਤੇ ਫਿਰ ਜੇ ਤੁਹਾਡੀਆਂ ਅੱਖਾਂ ਵਿੱਚੋਂ ਲੂਣਾ ਪਾਣੀ ਹਿਆਤੀ ਦਾ ਦਰਦ ਬਣ ਕੇ ਛਲਕ ਪਵੇ, ਸਮਝੋ ਤੁਹਾਡੀ ਕੋਈ ਨਾ ਕੋਈ ਤਾਰ ਆਪਣੇ ਗੁਰੂ ਨਾਲ ਜੁੜੀ ਰਹਿ ਗਈ। ਆਓ ਇਹਨਾਂ ਦਿਨਾਂ 'ਚ ਇਹਨਾਂ ਸ਼ਹਾਦਤਾਂ ਨੂੰ ਪਲ ਪਲ ਜੀ ਕੇ ਸਰਦ ਹਵਾਵਾਂ 'ਚ ਟੰਗੇ ਸਵਾਲਾਂ ਨੂੰ ਤਾਂ ਮੋਢਾ ਦੇਈਏ,
ਤੇ ਉਸ ਸ਼ਬਦ ਦੀ ਰਚਨਾ ਦੇ ਆਸ ਪਾਸ ਬੀਤੀਆਂ ਉਹਨਾਂ ਭਾਰੀ ਕੜੀਆਂ 'ਚ ਆਪਣੇ ਗੁਰੂ ਦੇ ਦੁੱਖ ਨੂੰ ਥੋੜ੍ਹਾ ਜਿਹਾ ਟੋਈਏ, ਸ਼ਾਇਦ ਇਹ ਅਰਦਾਸ ਕਬੂਲ ਹੋ ਜਾਵੇ, ਸ਼ਾਇਦ 1704 ਦੀ ਉਸ ਪੋਹ ਨੂੰ ਨਿੱਘ ਨਸੀਬ ਹੋ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।